ਜਿਮ ਲਾਉਂਦੇ ਟਾਈਮ ਗੈਸ ਕਿਉਂ ਬਣਦੀ ਆ ਨਾਲੇ ਆਪ ਹਰਾਨ ਹੁੰਨੇ ਆ ਨਾਲੇ ਦੂਜਿਆਂ ਨੂੰ ਕਰਦੇ ਆ ਆਪ ਵੀ ਬੰਦਾ ਜਿਮ ਲਾਉਂਦੇ ਟਾਈਮ ਬਹੁਤ ਡਿਸਕੰਫਰਟ ਫੀਲ ਕਰਦਾ ਮੇਨ ਕਾਰਨ ਇਹਦਾ ਸਿੱਧਾ ਜਿਹਾ ਸਿੰਪਲ ਗੱਲ ਆ ਕਿ ਜਦੋਂ ਜਿਮ ਲਾਉਨੇ ਹੋ ਥੋੜੀ ਉਥੇ ਡਾਈਜੈਕਸ਼ਨ ਔਨ ਹੁੰਦੀ ਆ ਮਤਲਬ ਥੋੜੀ ਪ੍ਰੀ ਵਰਕਆਊਟ ਮੀਲ ਜੇ ਤੁਸੀਂ ਜਿਮ ਤੋਂ ਪਹਿਲਾਂ ਹੈਵੀ ਪ੍ਰੀ ਵਰਕਆਊਟ ਮੀਲ ਲੈ ਕੇ ਜਾਂਦੇ ਹੋ ਤਾਂ ਉਥੇ ਤੁਹਾਨੂੰ ਇਹ ਪ੍ਰੋਬਲਮ ਆਊਗੀ ਆਊਗੀ ਦੋ ਕਾਰਨ ਇਹਦੇ ਵਿੱਚ ਇੱਕ ਤਾਂ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਬਿਠਾਈ ਗਈ ਆ ਜਾਂ ਫਿਰ ਹੈਗੀ ਆ ਕਿ ਜੇ ਅਸੀਂ ਫੂਡ ਖਾ ਕੇ ਜਾਵਾਂਗੇ ਪ੍ਰੀ ਵਰਕਆਊਟ ਮੀਲ ਖਾ ਕੇ ਜਾਵਾਂਗੇ ਤਾਂ ਅਸੀਂ ਜਿੰਮ ਤੇ ਜਾ ਕੇ ਜ਼ੋਰ ਮਾਰਾਂਗੇ ਨੰਬਰ 2 ਤੇ ਮੀਲਾਂ ਦਾ ਚੱਕਰ ਕਿ ਜੇ ਤੁਸੀਂ ਫਿਟ ਰਹਿਣਾ ਤੁਹਾਨੂੰ ਹੈਵ ਟੂ 6 ਮੀਲਾਂ ਖਾਣੀਆਂ ਪਣੀਆਂ ਨੇ ਹੁਣ ਜੇ ਬੰਦਾ ਕੋਈ 3-4 ਵਜੇ ਸ਼ਾਮ ਨੂੰ ਜਿੰਮ ਲਾਉਂਦਾ ਮੰਨ ਲਓ ਸਵੇਰੇ ਪਹਿਲੀ ਮੀਲ ਖਾਣ ਨੂੰ ਲੇਟ ਹੋ ਗਿਆ ਜਾਂ ਕਿਸੇ ਕਾਰਨ ਕਰਕੇ ਥੋੜਾ ਡਿਲੇ ਹੋ ਗਿਆ ਉਹਦੇ ਦਿਮਾਗ 'ਚ ਇਹ ਗੱਲ ਰਹਿਣੀ ਆ ਕਿ ਯਾਰ ਮੈਂ ਸ਼ਾਮ ਨੂੰ 4-5 ਵਜੇ ਜਿੰਮ ਲਾਉਣੀ ਆ ਹਲੇ ਮੇਰੀਆਂ 2-3 ਮੀਲਾਂ ਪਈਆਂ ਨੇ ਮੈਂ 2-3 ਮੀਲਾਂ ਜਿੰਮ ਤੋਂ ਪਹਿਲਾਂ ਫਿਨਿਸ਼ ਕਰਨੀਆਂ ਨੇ ਫਿਰ ਇੱਕ ਪੋਸਟ ਵਰਕਆਊਟ ਹੋਊਗੀ ਇੱਕ ਡਿਨਰ ਹੋਊਗਾ ਮਤਲਬ ਉਹ ਸਾਰੀਆਂ ਮੀਲਾਂ ਤੁਹਾਨੂੰ ਹੈਵ ਟੂ ਆ ਤੁਸੀਂ ੱੱਕੇ ਨਾਲ ਖਾਣੀਆਂ ਹੀ ਖਾਣੀਆਂ ਨੇ ਕਿਉਂਕਿ ਆਪਣੇ ਦਿਮਾਗ 'ਚ ਉਹ ਚੀਜ਼ਾਂ ਬੈਠੀਆਂ ਨੇ ਇਹ ਦੋਨੇ ਚੀਜ਼ਾਂ ਤੁਹਾਨੂੰ ਆਪਣੇ ਦਿਮਾਗ 'ਚੋਂ ਕੱਢਣੀਆਂ ਪਣੀਆਂ ਨੇ ਕਿਉਂਕਿ ਜੇ ਤੁਸੀਂ ਪ੍ਰੀ ਵਰਕਆਊਟ ਮੀਲ ਖਾ ਕੇ ਜਾਂਦੇ ਹੋ ਤਾਂ ਤੁਹਾਡਾ ਉਹ ਫੂਡ ਥੋੜਾ ਢਿੱਡ 'ਚ ਪਿਆ ਰਹਿੰਦਾ ਫੂਡ ਨੂੰ ਹਾਜਮ ਹੋਣ ਨੂੰ ਬਾਡੀ ਟਾਈਮ ਲੈਂਦੀ ਆ ਜੇ ਤੁਹਾਡਾ ਫੂਡ ਤੁਹਾਡਾ ਸਟੋਮਕ ਚ ਆ ਤੁਸੀਂ ਜਿੰਮ ਲਾਉਨੇ ਹੋ ਅੱਧਾ ਤੁਹਾਡਾ ਬਲੱਡ ਉੱਥੇ ਫੂਡ ਨੂੰ ਹਾਜ਼ਮ ਕਰਤੇ ਲੱਗਿਆ ਰਹਿਣਾ ਅੱਧਾ ਤੁਹਾਡਾ ਬਲੱਡ ਮਸਲਾ ਚ ਜਾਣਾ ਕਿਉਂਕਿ ਜਦੋਂ ਜਿੰਮ ਲਾਉਣੀ ਆ ਤਾਂ ਉਦੋਂ ਤੁਹਾਡਾ ਪੂਰਾ ਬਲੱਡ 70-80% ਬਲੱਡ ਮਸਲਾ ਚ ਚਾਹੀਦਾ ਸੋ ਦੋ ਟਾਈਮ ਜਿੰਮ ਲਾਉਣ ਦੇ ਬੈਸਟ ਨੇ ਇੱਕ ਤਾਂ ਸਵੇਰੇ ਜਿੰਮ ਲਾਓ ਜਦੋਂ ਤੁਹਾਨੂੰ ਰਾਤ ਨੂੰ ਡਿਨਰ ਕਰੇ ਨੂੰ ਕਾਫੀ ਟਾਈਮ ਹੋਇਆ ਹੁੰਦਾ ਸਵੇਰੇ ਜਮੇ ਹੀ ਭੁੱਖੇ ਟਡੋਨੇ ਹੋ ਪਹਿਲੇ ਕੁਝ ਦਿਨ ਤੁਹਾਨੂੰ ਲੱਗੂਗਾ ਔਖਾ ਪਰ ਫਿਰ ਥੋੜੀ ਬਾਡੀ ਜੂਸਡ ਹੋ ਜਾਣੀ ਆ ਕਿਉਂਕਿ ਉਦੋਂ ਤੁਹਾਡੀ ਬਾਡੀ ਦੇ ਵਿੱਚ ਬਿਲਕੁਲ ਫੂਡ ਨਹੀਂ ਹੁੰਦਾ ਤੁਸੀਂ ਫਾਸਟੇਟ ਤੇ ਹੁੰਨੇ ਹੋ ਉਦੋਂ ਬਾਡੀ ਨਾਲ ਤਾਂ ਫੈਟ ਤੁਹਾਡੀ ਕਿੰਨੀ ਬਰਨ ਕਰੂਗੀ ਨਾਲੇ ਤੁਸੀਂ ਆਪਣੀ ਬਾਡੀ ਨੂੰ ਸਿਖਾਏਂਗੇ ਕਿ ਫੈਟ ਤੋਂ એનર્ਜੀ ਲੈਣੀ ਕਿ ਮੈਂ ਫੂਡ ਤੋਂ ਬਿਨਾਂ એનર્ਜੀ ਲੈਣੀ ਕਿਵੇਂ ਕਿਉਂਕਿ ਜ਼ਰੂਰੀ ਨਹੀਂ ਜਿਹੜਾ ਫੂਡ ਤੁਸੀਂ 2-3 ਘੰਟੇ ਪਹਿਲਾਂ ਖਾ ਕੇ ਜਾਂਦੇ ਹੋ ਉਹ ਨਹੀਂ ਥੋੜੇ ਤੋਂ ਬਾਅਦ ਚਕਾਉਣਾ 24 ਘੰਟੇ ਦੀ ਈਟਿੰਗ ਵਿੰਡੋ ਮੈਟਰ ਕਰਦੀ ਹੁੰਦੀ ਹੈ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਸੀ ਕਬੱਡੀ ਵਾਲੇ ਦੇਖ ਲਓ ਜਿੱਦਣ ਮੈਚ ਹੁੰਦਾ ਸਵੇਰੇ ਇੱਕ ਵਾਰ ਖਾ ਕੇ ਜਾਂਦੇ ਨੇ ਜਿਉਂ-ਜਿਉਂ ਸ਼ਾਮ ਸ਼ਾਓ ਨੂੰ ਹੋਰ ਫਾਈਨਲ ਮੈਚਾਂ ਤੱਕ ਜਾਂਦੇ ਨੇ ਹੋਰ ਬਾਡੀ ਉਹਨਾਂ ਦੀ ਤੇਜ਼ ਹੋ ਜਾਂਦੀ ਨੇ ਕਿੰਨੀ ਪਾਵਰ ਕੱਢਦੀ ਹੁੰਦੀਆਂ ਨੇ ਕਿਉਂਕਿ ਬਾਡੀ ਆਪਣੀ ਜਿਹੜੀ ਅਬਿਲਟੀ ਸਿੱਖ ਜਾਂਦੀ ਆ ਕਿ ਤੁਸੀਂ ਖਾਦੇ ਫੂਡ ਤੋਂ ਊਰਜੀ ਲੈਣੀ ਆ ਜਾਂ ਫਿਰ ਤੁਸੀਂ ਜਿਹੜੀ ਥੋੜੀ ਬਾਡੀ ਤੇ ਫੈਟ ਆ ਜਾਂ ਆਪਣੀ ਬਾਡੀ 'ਚ ਪਹਿਲਾਂ ਫੂਡ ਸਟੋਰ ਆ ਕਿਉਂਕਿ ਤੁਸੀਂ ਕਾਰਬ ਖਾਣਾ ਪ੍ਰੋਟੀਨ ਖਾਣਾ ਫੈਟ ਖਾਣਾ ਉਹ ਚੀਜ਼ ਨੇ ਬ੍ਰੇਕਡਾਊਨ ਹੋਣਾ ਥੋੜੇ ਬਲੱਡ 'ਚ ਰਹਿਣਾ ਥੋੜੀ ਬਾਡੀ ਦੇ ਵਿੱਚ ਜਿਹੜੀ ਊਰਜੀ ਹੁੰਦੀ ਆ ਉਹ ਰੈਡੀ ਹੁੰਦੀ ਆ ਜੂਜ਼ ਹੋਣ ਲਈ ਜੇ ਤੁਸੀਂ ਬਰੌਂ ਰਾਈ ਖਾਣੇ ਹੋ ਜਾਂ ਬਨਾਣਾ ਖਾਣੇ ਕੋਈ ਵੀ ਪ੍ਰੀ ਪ੍ਰੀ ਵਰਕਆਊਟ ਮੀਲ ਖਾਣੇ ਹੋ ਉਹਦਾ ਬਲੱਡ ਚ ਆ ਕੇ ਗੂਲੂਗੋਸ਼ ਬਣਨਾ ਗੂਲੂਗੋਸ਼ ਕਿੱਥੇ ਆ ਸਟੋਰ ਫਾਰਮ ਆ ਤੁਹਾਡੇ ਲਿਵਰ ਚ ਸਟੋਰ ਹੁੰਦੀ ਆ ਤੁਹਾਡੇ ਮਸਲ ਸਟੋਰ ਹੁੰਦੇ ਤੁਹਾਡੇ ਬਲੱਡ ਸਟ੍ਰੀਮ ਚ ਵੀ ਹੁੰਦੀ ਆ ਐਦਾਂ ਹੀ ਪ੍ਰੋਟੀਨ ਦੇ ਮੀਨੋ ਬਣਦੇ ਨੇ ਸਾਰਾ ਕੁਝ ਉਹ ਬ੍ਰੇਕਡਾਊਨ ਹੋ ਕੇ ਸੋ ਥੋੜੀ ਬਾਡੀ ਦੇ ਵਿੱਚ ਪ੍ਰੈਜ਼ੈਂਟ ਚਾਹੀਦਾ ਇਹ ਨਹੀਂ ਕਿ ਤੁਸੀਂ ਮੀਲ ਖਾ ਕੇ ਚਲੇ ਗਏ ਤੇ ਜਿਮ ਦੇ ਵਿੱਚ ਤੁਸੀਂ ਜਾ ਕੇ ਜ਼ੋਰ ਮਾਰਨਾ ਸ਼ੁਰੂ ਕਰਤਾ ਉਹ ਹਲੇ ਮੀਲ ਹਾਜ਼ਮ ਹੁੰਦੀ ਸੀ ਗੈਸ ਚੱਲ ਵੀ ਹੈੱਡ ਦੇ ਵਿੱਚ ਤੁਸੀਂ ਬਲੋਟਨੈਸ ਫੀਲ ਹੋਗੀ ਇਹਦਾ ਮਤਲਬ ਜਦੋਂ ਆਪਾਂ ਜਿਮ ਤੇ ਜ਼ੋਰ ਮਾਰਦੇ ਆ ਉਦੋਂ ਹੀ ਆਪਣੇ ਗੈਸ ਬਣਨ ਲੱਗਦੀ ਆ ਆਪਣੀ ਬਾਡੀ ਕਨਫਿਊਜ਼ ਹੋਗੀ ਕਿ ਯਾਰ ਹੁਣ ਇਹਦਾ ਬਲੱਡ ਡਾਈਜੈਕਸ਼ਨ ਚ ਭੇਜਾਂ ਮੈਂ ਹਾਜਮਾ ਚਲਾਵਾਂ ਜਾਂ ਫਿਰ ਇਹ ਹੁਣ ਜਿਮ ਤੇ ਮਸਲਾਂ ਤੇ ਵਰਕ ਕਰ ਰਿਹਾ ਤਾਂ ਹੀ ਤੁਹਾਨੂੰ ਉੱਥੇ ਜਾ ਕੇ ਔਖਾ ਫੀਲ ਹੁੰਦਾ ਜਿਮ ਦੇ ਵਿੱਚ ਥੋੜੀ એનર્ਜੀ ਵੀ ਡਾਊਨ ਪੈਂਦੀ ਆ ਕਿਉਂਕਿ ਹੁਣ ਜਿਹੜੇ ਬੰਦੇ ਆਪਣੇ ਨਾਲ ਵੀਰ ਕਲਾਈਂਟ ਚੱਲਦੇ ਨੇ ਉਹ ਕਹਿੰਦੇ ਬਾਈ ਜਦੋਂ ਅਸੀਂ ਪਹਿਲਾਂ ਪਹਿਲਾਂ ਸਵੇਰੇ ਵਰਕਆਊਟ ਕਰਦੇ ਆ ਅਸੀਂ ਬਹੁਤ ਔਖਾ ਫੀਲ ਕਰਦੇ ਸੀ ਸਾਤੋਂ ਜਿਮ ਬਹੁਤ ਔਖੀ ਲੱ ਸਾਡੀ ਸਥਰੈਂਥ ਵੀ ਵਧੀਆ ਸਾਨੂੰ એનર્ਜੀ ਵੀ ਬੈਟਰ ਲੱਗਦੀ ਹੈ ਕਿਉਂਕਿ ਹੁਣ ਉਹ ਕਹਿੰਦੇ ਸਾਡੀ ਬਾਡੀ ਜੂਸਟ ਹੋ ਗਈ ਦੋ ਟਾਈਮ ਬੈਸਟ ਨੇ ਜਾਂ ਤਾਂ ਸਵੇਰੇ ਵਰਕਆਊਟ ਕਰੋ ਜਾਂ ਫਿਰ ਤੁਸੀਂ ਕੀ ਕਰਨਾ ਤੁਸੀਂ ਗੈਪ ਪਾ ਲਓ ਮੈਂ ਆਪਣੇ ਕਲਾਇੰਟ ਨੂੰ ਕਹਿਣਾ ਹੁੰਦਾ ਕਿ ਜੇ ਤੁਸੀਂ ਦਿਨ ਚ ਦੋ ਮੀਲ ਖਾਣੇ ਓਵਰਵੇਟੋਂ ਮੰਨ ਲਓ ਪਹਿਲੀ ਮੀਲ ਸਵੇਰੇ ਸਵੇਰੇ 11 ਵਜੇ ਤੱਕ ਫਾਸਟ ਕਰਿਆ ਪਹਿਲੀ ਮੀਲ 11 ਵਜੇ ਸਾਲਡ ਲੈ ਲਈ ਪੂਰੀ ਵਧੀਆ ਇਹ ਵੀ ਨਹੀਂ ਹਾਂ ਤੁਸੀਂ ਭੁੱਖੇ ਰਹਿਣਾ ਵਧੀਆ ਸਾਲਡ ਕੰਪਲੀਟ ਮੀਲ ਫਿਰ 11 ਤੋਂ ਬਾਅਦ ਜੇ ਤੁਹਾਡੀ 5-6 ਵਜੇ ਜਿੰਮ ਆ ਤੁਹਾਡਾ ਕਿੰਨਾ ਗੈਪ ਹੈ ਗਿਆ ਉੱਥੇ ਤੁਹਾਡੀ ਜਿਹੜੀ ਮੀਲ ਆ ਪ੍ਰੋਪਰ ਹਾਜਮਾ ਆ ਜਾਂਦੀ ਆ ਰੈਡੀ ਟੂ ਯੂਜ਼ ਹੁੰਦੀ ਆ ਬਲੱਡ ਸ਼ੂਗਰ ਵੀ ਕੰਟਰੋਲ ਚ ਹੁੰਦਾ ਉੱਥੇ ਬੋਡੀ ਫੈਟ ਵੀ ਬਰਨ ਕਰਦੀ ਆ ਤੇ ਤੁਹਾਨੂੰ ਪੰਪ ਵੀ ਵਧੀਆ ਮਿਲਦਾ ਕਿਉਂਕਿ ਹੁਣ ਤੁਹਾਡੇ ਮੇਦੇ ਚ ਕੋਈ ਫੂਡ ਨਹੀਂ ਪਿਆ ਕੋਈ ਪ੍ਰੀ ਵਰਕਆਊਟ ਮੀਲ ਨਹੀਂ ਪਈ ਜਸਟ ਕਾਫੀ ਜਾਂ ਗ੍ਰੀਨ ਟੀ ਜਾਂ ਐਲ ਕਾਨੀਟੇਨ ਵਗੈਰਾ ਜਾਂ ਸਿੰਪਲ ਪਾਣੀ ਪਾਣੀ ਚ ਇੱਕ ਦੋ ਨੂਨ ਦੀਆਂ ਚੁਟਕੀਆਂ ਲੈ ਕੇ ਜਾਓ ਪੰਪ ਵਧੀਆ ਹੋਰ ਕੁਝ ਨਹੀਂ ਲੈਣਾ ਜਾਂ ਇਲੈਕਟ੍ਰੋਲਾਈਟ ਲੈ ਸਕਦੇ ਹੋ ਵਧੀਆ ਕੰਪਨੀ ਦੇ ਅਨਫਲੇਵਰਡ ਉਸ ਤੋਂ ਬਾਅਦ ਜਿਮ ਲਾ ਕੇ ਤੁਹਾਡੀ ਪੋਸਟ ਵਰਕਆਊਟ ਦੂਜੀ ਮੀਲ ਹੋ ਜੂ ਜੇ ਗੈਪ ਪਾਇਆ ਬਾਡੀ ਨੂੰ ਫੂਡ ਹਾਜ਼ਮ ਹੋਣ ਦਿੱਤਾ ਜਿੰਮ ਠੋਕ ਕੇ ਲਾਈ ਉਸ ਤੋਂ ਬਾਅਦ ਨਰਦ ਨੂੰ ਸਾਹ ਸੁਣੀ ਚੜੂਗਾ ਜਿੰਮ 'ਚ ਕਿਉਂਕਿ ਕਿਸੇ ਫੂਡ ਤੇ એનર્ਜੀ ਨਹੀਂ ਥੋੜੀ ਲੱਗ ਰਹੀ ਉੱਥੇ ਉਸ ਤੋਂ ਬਾਅਦ ਆਪਣੀ ਡਿਨਰ ਕਰੀ ਜਾ ਕੇ ਦੋ ਮੀਲਾ ਜੇ ਲੀਨ ਹੋ ਬਹੁਤ ਜ਼ਿਆਦਾ ਪਤਲੇ ਹੋ ਫੇ ਵੀ ਇਦਾਂ ਕਰ ਸਕਦੇ ਹੋ ਜਿਆਦਾ ਜੇ ਸਵੇਰੇ ਵਰਕਆਊਟ ਕਰਦੇ ਹੋ ਸਵੇਰੇ ਵਰਕਆਊਟ ਲਾਓ 14-16 ਦੀ ਫਾਸਟਿੰਗ ਕਰੋ ਨੈਕਸਟ ਵਰਕਆਊਟ ਤੋਂ ਬੜਾ ਲੰਬਾ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਬਾਡੀ ਲੀਨ ਆ ਚਾਹੇ ਸਵੇਰੇ 8 ਵਜੇ ਜਮ ਲਾਉਣੇ ਹੋ 7 ਵਜੇ ਲਾਉਣ ਜਿੰਮ ਤੋਂ ਘੰਟਾ ਬਾਅਦ ਆਪਣੀ ਟੀਮ ਵਿੰਡੋ ਸਟਾਰਟ ਕਰ ਦੋ ਪੋਸਟ ਵਰਕਆਊਟ ਤੋਂ ਨੈਕਸਟ 10 ਘੰਟੇ ਚ ਤਿੰਨ ਬਰਾਬਰ ਮੀਲਾ ਖਾ ਲੋ ਵੰਡ ਕੇ ਤਿੰਨ ਹੈਵੀ ਉਸ ਤੋਂ ਬਾਅਦ ਚਾਹੇ 5 ਵਜੇ 6 ਵਜਣ ਜਾਂ ਤੁਹਾਡੇ 10 ਘੰਟੇ ਕੋ ਸਟਾਪ ਕਰ ਲੋ ਫਾਸਟ ਕਰੋ ਸਵੇਰੇ ਵਰਕਆਊਟ ਕਰੋ ਜੇ ਸ਼ਾਮ ਨੂੰ ਜਮ ਲਾਉਣੀ ਆ ਤਾਂ ਫਿਰ ਜਿਹੜੀਆਂ ਆਪਣੀਆਂ ਦੋ ਮੀਲਾਂ ਨੇ ਮੀਲ ਲਾਈਟ ਤੇ ਮੀਲ 1 ਥੋੜੀ ਹੋ ਜਾਣਗੀਆਂ ਪਹਿਲਾਂ ਕਿਉਂਕਿ ਆਪਾਂ ਤਿੰਨ ਮੀਲਾਂ ਖਾਣੀਆਂ ਨੇ ਜਿਆਦਾ ਮੀਲਾ ਖਾਣ ਦਾ ਕੋਈ ਫਾਇਦਾ ਨਹੀਂ ਟੋਟਲ ਇਹ ਉਨਾ ਆਪਣੇ ਕੋਲ ਦਿਨ ਚ ਟਾਈਮ ਵੀ ਨਹੀਂ ਹੁੰਦਾ ਦੋ 4-5 ਘੰਟੇ ਦਾ ਗੈਪ ਆਓ ਜਿੰਮ ਲਾਓ ਕਿਉਂਕਿ ਆਪਣੇ ਕੋਲ 10 ਘੰਟੇ ਦੀ ਜੀਟੇਮਿੰਡ ਹੋ ਆ ਜੇ 11 'ਚ ਵੀ ਹੋ ਜਾਵੇ ਕੋਈ ਇਸ਼ੂ ਨਹੀਂ ਜੇ ਲੀਰੋਂ ਵਧੀਆ ਫੂਡ ਖਾਣੇ ਹੋ ਜਬ ਵੀ ਫੈਟ ਨਹੀਂ ਹੈਗੀ ਜਿੰਮ ਲਾਓ 4-5 ਘੰਟੇ ਦੇ ਫਰਕ ਨਾਲ ਉਸ ਤੋਂ ਬਾਅਦ ਡਿਨਰ ਆਪਣਾ ਪੋਸਟ ਵਰਕਆਊਟ ਕਰੋ ਚਾਹੇ ਭਾਰੀਆਂ ਚਾਹੇ ਪਤਲੇ ਉਹ ਦੋ ਟਾਈਮ ਬੈਸਟ ਨੇ ਜਾਂ ਤਾਂ ਸਵੇਰੇ ਜਿੰਮ ਲਾ ਲਓ ਜਾਂ ਸ਼ਾਮ ਨੂੰ ਲਾ ਲਓ ਪਰ ਰੱਜ ਕੇ ਨਹੀਂ ਜਾਣਾ ਜਿੰਮ ਦੇ ਵਿੱਚ ਉਹਦੇ ਨਾਲ ਆਪਾਂ ਆਪਣੀ ਬਾਡੀ ਦੀ ਜਿਹੜੀ ਖੁਦ એનર્ਜੀ ਪ੍ਰੋਡਿਊਸ ਕਰਦਿਆਂ ਹੁੰਦੀ ਹੈ ਅਬਿਲਟੀ ਖੋਲ ਲੈਣੇ ਆ ਕਿਉਂਕਿ ਕਈ ਬੰਦੇ ਤਾਂ ਕਹਿੰਦੇ ਨੇ ਯਾਰ ਭਾਈ ਸਾਡੇ ਤੋਂ ਨਹੀਂ ਬਿ ਉਹ ਬੰਦਿਆਂ ਦੀ ਬਾਡੀਆਂ ਕਿੰਨੀਆਂ ਜ਼ਿਆਦਾ ਫੂਡ ਤੇ ਲੱਗੀਆਂ ਹੋਈਆਂ ਨੇ ਉਹਨਾਂ ਦੀ ਬਾਡੀ ਦੇ ਵਿੱਚ ਮਾਈਟੋਕਾਂਡਰੀਆ ਜਾਂ એનર્ਜੀ ਸਿਸਟਮ ਇਦਾਂ ਦਾ ਉਹਨਾਂ ਨੇ ਕਦੇ ਬਣਾਇਆ ਨਹੀਂ ਹੋਇਆ ਕਿ ਅਸੀਂ ਬਿਨਾਂ ਫੂਡ ਤੋਂ ਵੀ ਜਿੰਮ ਲਾ ਲਈਏ ਜਿਹੜੇ ਬੰਦੇ ਜਿਵੇਂ ਮੈਂ ਕਿਹਾ ਹੁਣ ਫਾਸਟਿੰਗ 'ਚ ਜਿੰਮ ਲਾਉਂਦੇ ਨੇ ਸਵੇਰ ਰਾਤ ਦਾ ਖਾਧਾ ਨੋਕਾ ਨੇ ਸਾਨੂੰ ਦੁੱਗਣੀ એનર્ਜੀ ਲੱਗਦੀ ਆ ਕਿਉਂਕਿ ਬਾਡੀ ਇਦਾਂ ਦਾ ਮੈਕੈਨਿਜ਼ਮ ਬਿਲਡ ਅਪ ਕਰ ਲੈਂਦੀ ਆ ਬ੍ਰੇਨ ਸਰੀਰ ਬਹੁਤ ਤਗੜੀ ਚੀਜ਼ ਆ ਇਹਨੂੰ ਜਿੱਥੇ ਮਰਜ਼ੀ ਲਾ ਲਓ ਤੁਸੀਂ ਦੇਖੇ ਹੋਣਗੇ ਕਈ ਵਾਰ ਝੁੱਗੀਆਂ 'ਚ ਜਵਾਗ ਬੈਠੇ ਹੁੰਦੇ ਨੇ ਗਰੀਬਾਂ ਦੇ ਉਹ ਠੰਡ ਦੇ ਬਿਮਾਰ ਨਹੀਂ ਹੁੰਦੇ ਹੈਗੇ ਆਪਣੇ ਜਵਾਕ ਕਈ ਵਾਰ ਕਿੰਨੇ ਕੱਪੜੇ ਪਾ ਕੇ ਰੱਖਦੇ ਓਦੋਂ ਬਿਮਾਰ ਹੋਏ ਰਹਿੰਦੇ ਨੇ ਕਿਉਂਕਿ ਬਾਡੀ ਨੇ ਕਿੰਨੀ ਠੰਡ ਲੱਗਦੀ ਆ ਕਿੱਦਾਂ ਦਾ ਇਹਦਾ ਮੈਗਨਿਜ਼ਮ ਆ ਇਹਨੇ ਓਦਾਂ ਦਾ ਸਰੀਰ ਬਣਾ ਲੈਣਾ ਆਪਾਂ ਕਿੰਨਾ ਕੰਡਮ ਸਰੀਰ ਬਣਾਈ ਬੈਠੇ ਆ ਕੀ ਯਾਰ ਜੇ ਤਾਂ ਕੁਝ ਖਾਵਾਂਗੇ ਜੀ ਜੰਮ ਜੰਮ ਕੇ ਨਹੀਂ ਆ ਬੈਠੇ ਆ ਸਤੋਂ ਨੀ ਜੰਮ ਲਾਦੀ ਜੀ ਇਹਦਾ ਮਤਲਬ ਕੀ ਆ ਆਪਾਂ ਬਾਡੀ ਸਿਰਫ ਇੱਕ 슈ਗਰ ਤੇ ਲਾਈ ਆ ਕੀ ਯਾਰ ਪ੍ਰੀਵਰ ਕੋਡ ਮਿਲ ਜਵੇ ਦੋ ਚਾਰ ਬਨਾਣੇ ਖਾ ਲਈਏ ਰੱਜ ਕੇ ਰੱਜ ਕੇ ਪਲੇਟ ਚੌਲਾਂ ਦੀ ਖਾ ਕੇ ਜਾਈਏ ਤਾਂ ਸਤੋਂ ਜੰਮ ਲੱਗੂਗੀ ਉਹ ਚੀਜ਼ ਨਹੀਂ ਆਪਾਂ ਕਰਨੀ ਆਪਾਂ ਬਾਡੀ ਦਾ ਨੈਚੁਰਲ ਨੈਚੁਰਲ ਤਰੀਕੇ ਨਾਲ ਮੈਕੈਨਿਜ਼ਮ ਐਦਾਂ ਦਾ ਬਣਾਉਣਾ ਕਿ ਜਦੋਂ ਅਸੀਂ ਜੈਮ ਲਾਈਏ ਸਾਡੀ ਬਾਡੀ ਸਾਡੀ ਬਾਡੀ ਤੋਂ ਏਨਰਜੀ ਲਵੇ ਜਾਂ 5 6 ਘੰਟੇ ਜਿਹੜਾ ਫੂਡ ਪਹਿਲਾਂ ਖਾਧਾ ਹੁੰਦਾ ਉਹ ਤੋਂ ਸਾਡੀ ਬਾਡੀ ਏਨਰਜੀ ਲਵੇ ਹੁਣ ਉਹਦੇ ਨਾਲ ਨਾ ਤਾਂ ਤੁਹਾਡੇ ਗੈਸ ਬਣੂਗੀ ਕਿਉਂਕਿ ਹੁਣ ਤੁਹਾਡਾ ਫੂਡ ਪ੍ਰੋਪਰ ਹਾਜਮ ਤੁਸੀਂ ਆਰਾਮ ਨਾਲ ਬੈਠੇ ਫੂਡ ਖਾ ਲਿਆ ਕਿਸੇ ਕੰਮ 'ਚ ਨਾਰਮਲ ਵਾਕਬੂ ਕਰਦੇ ਹੋ ਫੂਡ ਹਾਜਮ ਹੋ ਗਿਆ ਉਦੋਂ ਬਾਅਦ ਜਿੰਮ ਦੇ ਵਿੱਚ ਜ਼ੋਰ ਮਾਰਾਂਗੇ ਉਹ ਕੰਮ ਨਹੀਂ ਹੋਊਗਾ ਗੈਸ ਵਾਲਾ ਜੋ ਉੱਥੇ ਰੱਜ ਕੇ ਚਲੇ ਗਏ ਚੰਗੇ ਭਲੇ ਬੈਠੇ ਆ ਡਾਈਜੈਕਸ਼ਨ ਚ ਚਾਰੀ ਆ ਜਿਮ ਲਾਉਣ ਲੱਗੇ ਜਿਮ ਲਾਉਂਦੀ ਹਰ ਦੇਖਿਆ ਕਿ ਸਾਹ ਚੜਦਾ ਯਾਰ એનર્ਜੀ ਨਹੀਂ ਹੈਗੀ ਗੈਸ ਬਣ ਲੱਗੀ ਨਾ ਹੀ ਉੱਥੇ ਫੈਟ ਬਰਨ ਹੁੰਦੀ ਕੋਕੇ ਖਾ ਕੇ ਬਲੱਡ ਸ਼ੂਗਰ ਵੀ ਉੱਪਰ ਆਂਦਾ ਇਨਸੂਲਿਨ ਐਨਾਬੋਲ ਹਾਰਮੋਨ ਉਹ ਉੱਪਰ ਆਂਦਾ ਉਹਨਾਂ ਟਾਈਮ ਬੋਡੀ ਫੈਟ ਐਬ ਨਹੀਂ ਕਰਦੀ ਸੋ 24 ਘੰਟੇ ਦੇ ਵਿੱਚੋਂ 10 ਘੰਟੇ ਦੀ ਇਟੇਮਿੰਡੋ ਰੱਖ ਲਓ ਚਾਹੇ ਤੁਸੀਂ ਰੱਖ ਲਓ 8 ਘੰਟੇ ਦੀ ਇਟੇਮਿੰਡੋ ਟਾਈਮ ਰੀਸਟ੍ਰੇਕਟ ਕਰਕੇ ਆਪਣਾ ਫੂਡ ਖਾਓ ਤੁਹਾਨੂੰ ਟੈਨਸ਼ਨ ਨਹੀਂ ਹੋਊਗੀ ਆਹ ਕਿ ਯਾਰ ਮੈਂ ਛਾ ਮੈਨੂੰ 4 ਵਜੇ ਜਿੰਮ ਲਾਉਣੀ ਆ ਉਸ ਤੋਂ ਪਹਿਲਾਂ ਮੈਂ 4 ਮੀਲਾਂ ਖਾਣੀਆਂ ਨੇ 2 ਵਜੇ ਪਿੱਛੇ ਰਹਿਣਗੀਆਂ ਜੀ ਜਾਂ ਮੇਰੇ ਤੋਂ ਬਿਨਾ ਕੁਝ ਖਾਦੇ ਜਿੰਮ ਲੱਗਣਾ ਨਹੀਂ ਤੁਸੀਂ ਕਹਿੰਗੇ ਤੁਸੀਂ ਇਹ じゃ ਤੁਹਾਡੀ ਬਾਡੀ ਬਣ ਗਈ ਤੁਸੀਂ ਕਹਿੰਗੇ ਚੱਲ ਯਾਰ ਅੱਜ ਫੂਡ ਨਹੀਂ ਮਿਲਿਆ ਕੋਈ ਨਹੀਂ ਜਿੰਮ ਲਾਉਨੇ ਆ ਆ ਕੇ ਕੁਝ ਖਾ ਲਾਂਗੇ ਉਹੀ ਆਪਣੀ ਬਿਗ ਮੀਲ ਕਰ ਲਾਂਗੇ ਸ਼ੇਰ ਵਾਲਾ ਕੰਮ ਹੋ ਜਾਂਦਾ ਜਿਵੇਂ ਸ਼ੇਰ ਖਾਂਦਾ ਇੱਕ ਵਾਰ ਅੱਜ ਕੇ ਖਾਂਦਾ ਉਸ ਤੋਂ ਬਾਅਦ ਚਾਹੇ ਉਹਦਾ ਦੋ ਦਿਨ ਫਾਸਟ ਹੋ ਜਵੇ ਉਹ ਜੀ ਹੋ ਜਾਂਦੀ ਹੈ ਬਾਡੀ ਜਿਹੜੀ ਮਰਜ਼ੀ ਬਣਾ ਲਓ ਤੇ ਆਹੀ ਸੀਗੀ ਇਨਫਾਰਮੇਸ਼ਨ ਤੁਹਾਡੇ ਲਈ ਸੋ ਪ੍ਰੀ ਵਰਕਆਊਟ ਮੀਲ ਵਾਲਾ ਮਿਥ ਇਹ ਹੁ ਕੀ ਪੋਸਟ ਵਰਕਆਊਟ ਨਿਊਟ੍ਰੀਸ਼ਨ ਜ਼ਰੂਰੀ ਆ 5 ਘੰਟੇ ਦੀ ਆਪਣੀ ਕੋ ਵਿੰਡੋ ਹੁੰਦੀ ਆ 5 ਘੰਟੇ ਤੱਕ ਥੋੜੇ ਮਸਲ ਪ੍ਰੋਟੀਨ ਸਿੰਥਸ ਉਨੀ ਐਕਟੀਵੇਟਰ ਰਹਿੰਦੇ ਨੇ ਪੋਸਟ ਵਰਕਆਊਟ ਜਿਉਂ ਜਿਨੀ ਕਿ ਜਮ ਲਾਤੀ ਜਦੀ ਜਾ ਕੇ ਕੁਝ ਖਾਣਾ 5 ਘੰਟੇ ਦੇ ਵਿੱਚ ਲਿਆ ਗਿਆ ਫੂਡ ਥੋੜਾ ਉਹ ਪੋਸਟ ਵਰਕਆਊਟ ਵਿੰਡੋ 'ਚ ਹੀ ਆਉਂਦਾ ਤੇ ਐਦਾਂ ਹੀ ਜਿਹੜੀ 24 ਘੰਟੇ ਦੇ ਵਿੱਚ ਤੁਸੀਂ ਫੂਡ ਖਾਣਨੇ ਹੋ ਮਤਲਬ 24 ਘੰਟੇ ਦੀ ਥੋੜੀ 8 ਘੰਟੇ ਦੀ ਈਟੇ ਵਿੰਡੋ ਆ ਚਾਹੇ 10 ਘੰਟੇ ਦੀ ਆ ਉਹ ਫੂਡ ਸਾਰਾ ਮੈਟਰ ਕਰਦਾ ਇਹ ਨਹੀਂ ਹੈਗਾ ਕਿ ਪ੍ਰੀ ਵਰਕਆਊਟ ਲੈ ਲਓ ਜੀ ਪੋਸਟ ਵਰਕਆਊ ਉਨਾ ਉੱਤੇ ਫਿਰ ਉਹ ਗੈਸ ਵਾਲਾ ਕੰਮ ਹੋਵੇ ਜੋਰ ਨਾਲ ਲੱਗੇ ਸਾਹ ਚੜੀ ਜਾਵੇ ਉੱਤੇ ਨੂੰ ਆਈਏ ਸਾਰਾ ਕੁਝ ਜਿਵੇਂ ਅਜਾ ਉਲਟੀਆਂ ਵੀ ਲੋਕਾਂ ਨੂੰ ਤਾਂ ਹੀ ਆਉਂਦੀਆਂ ਨੇ ਜੋਰ ਮਾਰ ਕੇ ਫਿਰ ਬਹਿ ਜਾਂਦੇ ਨੇ ਕਹਿੰਦੇ ਨੇ ਕਿਉਂਕਿ ਉੱਤੇ ਨੂੰ ਆਉਂਦਾ ਸਾਰਾ ਕੁਝ ਉਹਦਾ ਕਾਮਨ ਚੀਜ਼ ਆਪਾਂ ਨੂੰ ਪਤਾ ਹੀ ਹੈ ਜੇ ਕੁਝ ਖਾਦਾ ਨਹੀਂ ਹੋਊਗਾ ਹਾਜਮਾਗਾ ਉੱਤੇ ਨੂੰ ਕਿਉਂ ਆਊਗਾ ਸੋ ਆਹੀ ਸੀ ਤੁਹਾਡੇ ਲਈ ਇਨਫੋਰਮੇਸ਼ਨ ਵਾਲੀ ਵੀਡੀਓ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਦਿਸ ਇਜ਼ ਹੈਰੀ ਮਡੇਅਰ ਵਾਈ ਗਰੂ ਮੇਅਰ ਕਰੇ ਲਵ ਯੂ